देखो इस इंसान ने की खट्टिया जी तुहानू फोटो दिखाउण लगे आ। सिंगर तो होर भी बहुत होए ने, पर इदां दे बजुर्गां दी जेब च इस इंसान की फोटो मिलनी, तुसीं आप अंदाजा ला लिओ इस इंसान ने की खट्टिया। किसी धी भैण नू माड़ा नहीं बोलिया, इज्जतां दी गल कीती, अणख दी गल कीती, और इदां दे बजुर्गां दी जेब च इक सिद्धू मूसे वाले वीर दी फोटो निकलनी तां तुसीं आप अंदाजा ला लिओ नौजवानों भी की इंसान दे कोल, उहदे कोल की ऐसा परमात्मा ने भेजिया वा सी इंसान हो जिहड़ा इन्ने बजुर्गां दे, इन्नियां साडियां मातावां दे, इन्ने भैण भरा दे दिल दे विच बैठा रिहा हो। ਤੁਸੀਂ ਦੇਖੋ ਇੱਕ ਇਨਸਾਨ ਰੋਡ ਤੇ ਪਿਆ, ਉਹਦੀ ਜੇਬ ਦੇ ਵਿੱਚੋਂ ਸਿੱਧੂ ਮੂਸੇ ਵਾਲੇ ਦੀ ਫੋਟੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ। ਬਾਈ ਸਿੱਧੂ ਮੂਸੇ ਵਾਲਾ, ਜਿਸ ਨੂੰ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਇਹ ਕਈ ਵਾਰ ਸਾਬਤ ਵੀ ਹੋ ਚੁੱਕਾ ਹੈ। ਬੱਚੇ ਤਾਂ ਤੁਸੀਂ ਨੇ ਅਕਸਰ ਹੀ ਦੇਖੇ ਹੋਣਗੇ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੇ, ਜਾਂ ਫਿਰ ਸੋਸ਼ਲ ਮੀਡੀਆ ਦੇ ਉੱਪਰ ਰੋਂਦੇ ਵੀ ਬੱਚੇ ਦੇਖੇ ਹੋਣਗੇ ਬਾਈ ਸਿੱਧੂ ਮੂਸੇ ਵਾਲੇ ਨੂੰ। ਪਰ ਕਈ ਵਾਰ ਬਜ਼ੁਰਗਾਂ ਦੀਆਂ ਵੀ ਅਜਿਹੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਆਮ ਲੋਕ ਭਾਵੁਕ ਹੋ ਜਾਂਦੇ ਨੇ ਕਿ ਯਾਰ ਇਹ ਕਲਾਕਾਰ ਸੀ ਜਾਂ ਜਾਦੂਗਰ ਸੀ ਕਿ ਸਭ ਨੂੰ ਹੀ ਰਵਾ ਗਿਆ। ਅਤੇ ਇਸੇ ਤਰ੍ਹਾਂ ਦਾ ਹੁਣ ਇੱਕ ਵਾਕਿਆ ਸਾਹਮਣੇ ਆਇਆ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਈ ਪਾਲ ਖਰੌੜ ਹੋਰੀ ਰੈਸਕਿਊ ਕਰਦੇ ਰਹਿੰਦੇ ਨੇ ਅਜਿਹੇ ਲੋਕਾਂ ਦਾ ਜਿਹੜੇ ਕਿ ਕਿਸੇ ਮੁਸੀਬਤ ਦੇ ਵਿੱਚ ਹੁੰਦੇ ਨੇ ਜਾਂ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਜਾਂਦੇ ਨੇ ਜਾਂ ਫਿਰ ਗੁਲਾਮ ਬਣਾ ਕੇ ਲੋਕਾਂ ਵੱਲੋਂ ਰੱਖੇ ਜਾਂਦੇ ਨੇ, ਉਹਨਾਂ ਨੂੰ ਛੁਡਵਾਉਂਦੇ ਨੇ ਬਾਈ ਪਾਲ ਖਰੌੜ ਹੋਰੀ। ਅਤੇ ਕੁਝ ਘੰਟੇ ਪਹਿਲਾਂ ਉਹਨਾਂ ਨੂੰ ਇੱਕ ਬਜ਼ੁਰਗ ਮਿਲੇ ਅਤੇ ਬਜ਼ੁਰਗ ਵੀ ਕਾਫੀ ਮਾੜੇ ਹਾਲਾਤਾਂ ਦੇ ਵਿੱਚ ਸੀ ਅਤੇ ਬਾਈ ਹੋਰਾਂ ਨੇ ਰੈਸਕਿਊ ਕੀਤਾ ਉਸ ਬਜ਼ੁਰਗ ਦਾ। ਬਜ਼ੁਰਗ ਦੀ ਜੇਬ ਦੇ ਵਿੱਚੋਂ ਜਦੋਂ ਦੇਖਿਆ ਤਾਂ ਸਿੱਧੂ ਮੂਸੇ ਵਾਲੇ ਦੀ ਫੋਟੋ ਨਿਕਲੀ। ਕੁਝ ਫੋਟੋਆਂ ਬਜ਼ੁਰਗ ਨੇ ਆਪਣੀਆਂ ਰੱਖੀਆਂ ਹੋਈਆਂ ਸੀ ਜੇਬ ਦੇ ਵਿੱਚ ਅਤੇ ਆਪਣੇ ਤੋਂ ਇਲਾਵਾ ਬਾਈ ਸਿੱਧੂ ਮੂਸੇ ਵਾਲੇ ਦੀ ਫੋਟੋ ਉਸ ਬਜ਼ੁਰਗ ਦੀ ਜੇਬ ਦੇ ਵਿੱਚੋਂ ਨਿਕਲੀ। ਅਤੇ ਇਹ ਦੇਖ ਕੇ ਬਾਈ ਪਾਲ ਖਰੌੜ ਅਤੇ ਹੋਰ ਉੱਥੇ ਖੜ੍ਹੇ ਲੋਕ ਵੀ ਹੈਰਾਨ ਹੋ ਗਏ ਕਿ ਬਾਈ ਇੱਕ ਕਲਾਕਾਰ ਦੀ ਫੋਟੋ ਇਸ ਬਜ਼ੁਰਗ ਦੀ ਜੇਬ ਵਿੱਚ ਕਿਵੇਂ। ਅਤੇ ਦੋਸਤੋ, ਇਹੀ ਬਾਈ ਸਿੱਧੂ ਮੂਸੇ ਵਾਲਾ ਖੱਟ ਕੇ ਗਿਆ, ਕਦੇ ਕਿਸੇ ਧੀ ਭੈਣ ਨੂੰ ਮਾੜਾ ਨਹੀਂ ਬੋਲਿਆ, ਜਿੰਨੇ ਗੀਤ ਗਾਏ ਅਣਖੀ ਗਾਏ ਅਣਖਾਲੇ ਗਾਏ। ਇਸੇ ਕਰਕੇ ਅੱਜ ਸਿੱਧੂ ਮੂਸੇ ਵਾਲੇ ਨੂੰ ਬੱਚਾ ਬੱਚਾ ਯਾਦ ਕਰਦਾ ਹੈ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰੋਂਦਾ ਹੈ ਸਿੱਧੂ ਮੂਸੇ ਵਾਲੇ ਨੂੰ। ਆਓ ਇਹ ਵੀਡੀਓ ਕਲਿੱਪ ਦੇਖਦੇ ਹਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਕੁਝ ਘੰਟਿਆਂ ਦੇ ਵਿੱਚ ਵਾਇਰਲ ਹੋ ਗਿਆ। ਬਾਈ ਮੈਂ ਕਿਦਾਂ ਹੀ ਆ ਗਿਆ, ਮੇਰਾ ਪਤਾ ਹੀ ਲੱਗਿਆ ਹੈਗਾ। ਕੋਈ ਦਿਮਾਗੀ ਨਾ ਜੀ, ਕੋਈ ਦੇਖੋ ਸਿਕਿਉਰਿਟੀ ਦੀ ਨੌਕਰੀ ਕਰਦੇ ਨੇ, ਸਾਰਾ ਕੁਝ ਸਹੀ ਸੀ, ਇਹ ਤਾਂ ਰੱਬ ਜਾਣੇ ਹੁਣ ਕੀ ਐਸਾ ਕੋਈ ਨੀਂਦ ਆ ਗਈ। ਹਾਂਜੀ, ਆਰਮੀ 'ਚ ਰਹਿ ਕੇ ਆਏ ਨੇ ਜੀ। ਆਪਾਂ ਦੁਬਾਰਾ ਫਿਰ ਦਿਖਾ ਦਿੰਦੇ ਹਾਂ ਇੱਕ ਦੋ ਫੋਟੋਆਂ ਬਾਪੂ ਜੀ ਦੀਆਂ। ਇਹ ਹਾਂ ਵੀਰੇ, ਆਹ ਦੇਖੋ ਤੁਸੀਂ, ਇੱਕ ਦੋ ਫੋਟੋ ਆ, ਇੱਕ ਵਿੱਚ ਫੋਟੋ ਹੋਰ ਆ ਜੀ, ਇਹਦੇ ਵਿੱਚ ਇੱਕ ਫੋਟੋ ਹੋਰ ਆ ਜੀ। ਆਹ ਦਿਓ ਇੱਕ ਫੋਟੋ, ਆ ਵੀ ਦਿਓ, ਆ ਵੀ ਦਿਓ, ਆ ਦਿਓ। ਆਹ ਦੇਖਿਓ ਤੁਸੀਂ ਸਾਡੇ ਭਰਾ ਦਾ, ਇਹੋ ਜਿਹੇ ਬਜ਼ੁਰਗਾਂ ਤੋਂ ਤੁਸੀਂ ਦੇਖੋ ਇਸ ਇਨਸਾਨ ਨੇ ਕੀ ਖੱਟਿਆ ਜਿਹਦੀ ਤੁਹਾਨੂੰ ਫੋਟੋ ਦਿਖਾਉਣ ਲੱਗੇ ਹਾਂ। ਸਿੰਗਰ ਤਾਂ ਹੋਰ ਵੀ ਬਹੁਤ ਹੋਏ ਨੇ, ਪਰ ਇੱਦਾਂ ਦੇ ਬਜ਼ੁਰਗਾਂ ਦੀ ਜੇਬ 'ਚ ਇਸ ਇਨਸਾਨ ਦੀ ਫੋਟੋ ਮਿਲਣੀ, ਤੁਸੀਂ ਆਪ ਅੰਦਾਜ਼ਾ ਲਾ ਲਿਓ ਇਸ ਇਨਸਾਨ ਨੇ ਕੀ ਖੱਟਿਆ। ਕਿਸੇ ਧੀ ਭੈਣ ਨੂੰ ਮਾੜਾ ਨਹੀਂ ਬੋਲਿਆ, ਇੱਜਤਾਂ ਦੀ ਗੱਲ ਕੀਤੀ, ਅਣਖ ਦੀ ਗੱਲ ਕੀਤੀ, ਔਰ ਇੱਦਾਂ ਦੇ ਬਜ਼ੁਰਗਾਂ ਦੀ ਜੇਬ 'ਚ ਇੱਕ ਸਿੱਧੂ ਮੂਸੇ ਵਾਲੇ ਵੀਰ ਦੀ ਫੋਟੋ ਨਿਕਲਣੀ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਨੌਜਵਾਨੋਂ ਵੀ ਕੀ ਇਨਸਾਨ ਦੇ ਕੋਲ, ਉਹਦੇ ਕੋਲ ਕੀ ਐਸਾ ਪਰਮਾਤਮਾ ਨੇ ਭੇਜਿਆ ਵਾ ਸੀ ਇਨਸਾਨ ਹੋ ਜਿਹੜਾ ਇੰਨੇ ਬਜ਼ੁਰਗਾਂ ਦੇ, ਇੰਨੀਆਂ ਸਾਡੀਆਂ ਮਾਤਾਵਾਂ ਦੇ, ਇੰਨੇ ਭੈਣ ਭਰਾਵਾਂ ਦੇ ਦਿਲ ਦੇ ਵਿੱਚ ਬੈਠਾ ਰਿਹਾ ਹੋ। ਤੁਸੀਂ ਦੇਖੋ ਇੱਕ ਇਨਸਾਨ ਰੋਡ 'ਤੇ ਪਿਆ, ਉਹਦੀ ਜੇਬ ਦੇ ਵਿੱਚੋਂ ਸਿੱਧੂ ਮੂਸੇ ਵਾਲੇ ਦੀ ਫੋਟੋ, ਤੁਸੀਂ ਆਪ ਅੰਦਾਜ਼ਾ ਲਾ। ਇਸ ਟਾਈਮ ਅਸੀਂ ਇਹਨਾਂ ਨੂੰ ਪਟਿਆਲੇ ਲਚਕਾਣੀ ਪਿੰਡ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਹਾਂ ਜੀ, ਉੱਥੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਣੀ ਆ, ਔਰ ਉਸ ਤੋਂ ਅੱਗੇ ਫਿਰ ਇਹਨਾਂ ਦਾ ਘਰ ਲੱਭ ਕੇ ਇਹਨੂੰ ਘਰੇ ਪਹੁੰਚਾਇਆ ਜਾਣਾ ਬਾਪੂ ਜੀ ਨੂੰ। ਬਾਪੂ ਜੀ ਠੀਕ ਨੇ, ਆਰਮੀ ਦੇ ਵਿੱਚ ਨੌਕਰੀ ਕੀਤੀ ਆ, ਨੌਕਰੀ ਕਰਨ ਤੋਂ ਬਾਅਦ ਜਿਹੜਾ CMC ਹਸਪੀਟਲ ਦੇ ਬਾਹਰ ਸਿਕਿਉਰਿਟੀ ਦੀ ਵੀ ਨੌਕਰੀ ਕੀਤੀ ਆ। ਬਾਪੂ ਜੀ ਤੁਹਾਡੀ ਦੋਨਾਂ 'ਚੋਂ ਕਿਹੜੀ ਫੋਟੋ ਆ ਜੀ? ਠੀਕ ਆ ਜੀ, ਇੱਧਰਲੀ ਫੋਟੋ ਬਾਪੂ ਜੀ ਦੀ ਆ ਜੀ, ਗੁਰਨੇਕ ਸਿੰਘ ਜੀ ਦੀ। ਤਾਂ ਦੋਸਤੋ, ਤੁਸੀਂ ਨੇ ਇਹ ਪੂਰਾ ਕਲਿੱਪ ਦੇਖਿਆ, ਤੁਸੀਂ ਇਸ ਬਜ਼ੁਰਗ ਦੇ ਪਿਆਰ ਨੂੰ ਕੀ ਨਾਮ ਦਿਓਗੇ? ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਕਿੰਨਾ ਪਿਆਰ ਇਸ ਬਜ਼ੁਰਗ ਨੇ ਦਿਖਾਇਆ ਸਿੱਧੂ ਮੂਸੇ ਵਾਲੇ ਪ੍ਰਤੀ। ਤਾਂ ਦੋਸਤੋ, ਅਗਰ ਜੱਟ ਬਾਬੇ ਟੈਲੀਵਿਜ਼ਨ 'ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਧੰਨਵਾਦ, ਰੱਬ ਰੱਖਾ।